ਸੰਯੁਕਤ ਰਾਸ਼ਟਰ ਨੇ ਇਸ ਸਾਲ ਯਾਨੀ 2023 ਨੂੰ ਮਿਲਟ ਯਾਨੀ ਮੋٹے ਅਨਾਜ ਦਾ ਸਾਲ ਅੰਤਰਰਾਸ਼ਟਰੀ ਸਾਲ ਵਜੋਂ ਐਲਾਨਿਆ ਭਾਰਤ ਦੇ ਪ੍ਰਧਾਨ ਮੰਤਰੀ ਸੇਤ ਅਤੇ ਦੇਸੀ ਚੀਜ਼ਾਂ ਨੂੰ ਹੁਲਾਰਾ ਦੇਣ ਲਈ ਸਭ ਤੋਂ ਅੱਗੇ ਨੇ ਪਿਛਲੇ ਦਿਨੀ ਉਹਨਾਂ ਪਾਰਲੀਮੈਂਟ ਵਿੱਚ ਮੋٹے ਅਨਾਜ ਦੇ ਭੋਜਨ ਤੇ ਵੱਖ-ਵੱਖ ਪਕਵਾਨ ਦਾ ਆਨੰਦ ਮਾਣਦਿਆਂ ਕਿਸਾਨਾਂ ਨੂੰ ਮੋٹے ਅਨਾਜ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਇਸੇ ਮਕਸਦ ਨੂੰ ਪੂਰਾ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਜਥੇਬੰਦੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆ ਕੇ ਮੋٹے ਅਨਾਜ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਜਥੇਬੰਦੀ ਨਾਲ ਜੁੜੇ ਵੱਖ-ਵੱਖ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਇਸ ਉਪਰਾਲੇ ਨੂੰ ਕਿਸਾਨੀ ਲਈ ਉਤਸ਼ਾਹਤ ਦੱਸਦਿਆਂ ਪੌਖ ਦੀ ਖੇਤੀ, ਮਿਲਟ ਦੀ ਖੇਤੀ ਵੱਜੋਂ ਸਵੀਕਾਰ ਕਰਨ ਦੀ ਗੱਲ ਕਹੀ। ਇਸੇ ਸੰਦਰਭ ਵਿੱਚ ਮਿਲਟ ਦੀ ਖੇਤੀ ਕਰਨ ਵਾਲੇ ਕਿਸਾਨ ਡਾਕਟਰ ਸਰਕਾਰ ਦੇ ਨੁਮਾਇੰਦੇ ਤੇ ਖੇਤੀ ਵਿਰਾਸਤ ਮਿਸ਼ਨ ਦੇ ਬਾਨੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਗੁਰਮਖ ਸਿੰਘ ਰੰਗੀਲਪੁਰ ਜੋ ਬਟਾਲਾ ਦੇ ਕਿਸਾਨ ਨੇ ਕੋਧਰਾ ਦੀ ਬਜਾਈ ਕਰਦੇ ਹੈ ਉਹਨਾਂ ਦਾ ਕਹਿਣਾ ਹੈ ਕਿ ਧਰਤੀ ਹੇਠਲੇ ਪਾਣੀ ਦੇ ਬਚਾਲ ਲਈ ਰਵਾਇਤੀ ਫਸਲ ਕਣਕ ਝੋਨੇ ਦੀ ਬਜਾਈ ਪਾਣੀ ਲਈ ਕਾਫੀ ਹੱਦ ਤੱਕ ਯੋਗ ਨਹੀਂ ਪਰ ਮੋٹے ਅਨਾਜ ਦੀ ਖੇਤੀ ਇਸ ਸਮੇਂ ਲਾਹੇਵੰਦ ਹੈ ਕਿਉਂਕਿ ਇਹ ਘੱਟ ਪਾਣੀ ਨਾਲ ਫਸਲਾਂ ਹੁੰਦੀਆਂ ਨੇ ਉਨਾ ਪੰਜਾਬ ਸਰਕਾਰ ਨੂੰ ਹਰਿਆਣੇ ਦੀ ਤਰਜ਼ ਤੇ ਮੋਟਾ ਅਨਾਜ ਬੀਜਣ ਵਾਲੇ ਕਿਸਾਨਾਂ ਦੀ ਬਾਹ ਫੜਨ ਦੀ ਗੱਲ ਕਰਦੇ ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਲਟ ਯਾਨੀ ਮੂਲ ਅਨਾਜ ਦੀ ਖੇਤੀ ਜਿਵੇਂ ਜਵਾਰ ਬਾਜਰਾ ਰਾਗੀ ਖੋਦਰਾ ਕੁੱਟਕੀ ਕੰਗੜੀ ਆਦੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਜੋ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਆ ਜਿਨ੍ਹਾਂ ਦੇ ਉਪਰਾਲੇ ਨਾਲ ਮਿਲਟ ਇਅਰ 2023 ਯੂਐਨਏ ਜਿਹੜਾ ਯੂਐਨਓ ਨੇ ਜਿਹੜਾ ਵਾ ਉਹ ਐਲਾਨ ਕੀਤਾ ਹੋਇਆ ਔਰ 2023 ਮਿਲਿਟ ਯਰ ਆ ਇਹਦੇ ਸਬੰਧ ਚ ਮੈਂ ਇਹ ਕਹਿਣਾ ਚਾਹਾਂਗਾ ਉਹ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਦੀ ਬਾਹ ਫੜਨ ਤੇ ਕਿਸਾਨਾਂ ਦੀ ਜਿਹੜੀ ਆ ਨਾ ਉਹ ਆਰਥਿਕ ਪੱਖ ਤੋਂ ਜਿਹੜਾ ਬਾ ਨਾ ਮਦਦ ਕਰਨ ਜਿਹੜਾ ਇਹ ਕਲਾਈਮੇਟ ਚੇਂਜ ਦੀ ਗੱਲ ਚੱਲ ਰਹੀ ਆ ਇਹ ਜੋ ਵਾਤਾਵਰਣ ਦੇ ਜਿਹੜੇ ਤਬਦੀਲੀ ਦੀ ਗੱਲ ਜਿਹੜਾ ਕਹਿੰਦੇ ਵੀ ਗਲੋਬਲ ਵਾਰਮਿੰਗ ਦੀ ਗੱਲ ਚੱਲ ਰਹੀ ਆ ਜਾਂ ਜਿਹੜਾ ਝੋਨਾ ਔਰ ਕਣਕ ਦੀ ਖੇਤੀ ਦੇ ਨਾਲ ਜਿਹੜਾ ਵਾ ਉਹ ਗ੍ਰੀਨ ਹਾਊਸ ਗੈਸਸ ਜਿਹੜਾ ਵਧ ਰਹੀਆਂ ਨੇ ਉਹ ਜਿਹੜਾ ਮੌਸਮ ਦੇ ਤਬਦੀਲ ਹੋ ਰਿਹਾ ਵਾ ਉਹ ਸਭ ਕੁਝ ਜਿਹੜਾ ਨਾ ਇਹਨਾਂ ਫਸਲਾਂ ਦੇ ਬੀਜਨ ਨਾਲ ਸਾਡੇ ਮੌਸਮ ਦੇ ਤਬਦੀਲੀ ਰੁਕੇਗੀ ਪਾਣੀ ਜੋ ਧਰਤੀ ਦਾ ਹੇਠਾਂ ਹੇਠੇ ਜਾ ਰਿਹਾ ਵਾ ਉਹ ਜਿਹੜਾ ਬਚੇਗਾ ਸੋ ਇਹ ਨਿੰਦਰ ਮੋਦੀ ਜੀ ਦਾ ਬਹੁਤ ਅੱਛਾ ਬਰਾਲਾ ਆ ਜਿਹੜਾ ਕਿ ਇਹਨਾਂ ਨੇ ਇਹ ਮਿਲਟਰੀਅਰ ਜਿਹੜਾ ਐਲਾਨ ਕੀਤਾ ਸਰਕਾਰ ਜਿਹੜਾ ਵਾ ਇਹਨੂੰ ਹੋਰ ਅੱਗੇ ਲੈ ਕੇ ਚੱਲੇ ਪੰਜਾਬ ਸਰਕਾਰ ਵੀ ਜਿਹੜਾ ਵਾਣਾ ਉਹ ਕਿਸਾਨਾਂ ਨੂੰ ਜਿਹੜਾ ਵਾਣਾ ਇੱਕ ਵੱਖਰਾ ਮੁਆਵਜ਼ਾ ਦੇ ਕੇ ਏਕੜ ਦਾ ਜਿੱਦਾਂ ਹਰਿਆਣਾ ਸਰਕਾਰ 8000 ਰੁਪਏ ਏਕੜ ਬਾਜਰਾ ਬੀਜਣ ਤੇ ਦੇ ਰਹੀ ਆ ਤੇ ਪੰਜਾਬ ਸਰਕਾਰ ਵੀ ਇਸੇ ਤਰ੍ਹਾਂ ਕਿਸਾਨਾਂ ਨੂੰ ਕੁਝ ਦਵੇ ਔਰ ਕੁਝ ਲੋਕਾਂ ਨੂੰ ਇਸ ਪਾਸੇ ਲਿਆਓ ਜਿਹਦੇ ਨਾਲ ਸਾਡੀਆਂ ਆਉਣ ਵਾਲੀ ਨਸਲਾਂ ਪੀੜ੍hiyan ਜਿਹੜੀਆਂ ਉਸ ਧਰਤੀ ਤੇ ਅੱਛਾ ਜੀਵਨ ਜੀ ਸਕਣ ਔਰ ਜਿਹੜਾ ਤੰਦਰੁਸਤ ਜੀਵਨ ਜੀ ਸਕਣ ਔਰ ਸਾਡੀ ਮਿੱਟੀ ਦੀ ਸਿਹਤ ਸੁਧਰੇ ਹਵਾ ਪਾਣੀ ਬਚੇ ਪਾਣੀ ਜਿਹੜਾ ਧਰਤੀ ਹਟਦਾ ਉਹ ਬਚੇ ਇਸੇ ਸਦਰ ਵਿੱਚ ਉੱਤਰ ਭਾਰਤ ਦੀ ਨਾਮਵਰ ਸੰਸਥਾ ਪੀਜੀ ਵਿਖੇ ਕੰਮ ਕਰ ਰਹੀ ਡਾਕਟਰ ਪੂਨਮ ਖੰਨਾ ਐਸੋਸੀਏਟ ਪ੍ਰੋਫੈਸਰ ਨਿਊਟ੍ਰੀਸ਼ਨ ਅਤੇ ਕਮਿਊਨਿਟੀ ਮੈਡੀਸਨ ਨੇ ਕਿਹਾ ਹੈ ਕਿ ਆਮ ਲੋਕਾਂ ਨੂੰ ਸੁਪਰ ਫੂਡ ਦੀ ਤਰਜ਼ ਤੇ ਮਿਲਟ ਦੇ ਭੋਜਨ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮੂਲਿਤ ਕਰਨਾ ਚਾਹੀਦਾ ਹੈ ਤਾਂ ਜੋ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕੇ ਤੇ ਵਾਤਾਵਰਣ ਨੂੰ ਵੀ ਬਚਾਇਆ ਜਾ ਸਕੇ ਤੋ ਪਹਿਲੇ ਤੇ ਸਾਰਿਆਂ ਨੂੰ ਸਸ਼ਟਿ ਕਾਲ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਮੈਂ ਡਾਕਟਰ ਪੂਨਮ ਖੰਨਾ ਐਸੋਸੀਏਟ ਪ੍ਰੋਫੈਸਰ ਆਫ ਨਿਊਟ੍ਰੀਸ਼ਨ ਫ্রম ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਕਾਰਜ ਕਰ ਰਹਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜਿਹੜਾ ਸਾਲ ਹੈ ਅਸੀਂ ਇੰਟਰਨੈਸ਼ਨਲ ਇਅਰ ਆਫ ਮਿਲਟਸ ਸੈਲੀਬ੍ਰੇਟ ਕਰ ਰਹੇ ਹਾਂ ਤੇ ਲੋਕਾਂ ਕੋਲੋਂ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਜਿਹੜਾ ਆਪਣਾ ਡੇਲੀ ਰੁਟੀਨ ਦਾ ਜਿਹੜਾ ਖਾਣਾ ਹੈ ਉਹਦੇ ਵਿੱਚ ਇੱਕ ਹਿੱਸਾ ਜਿਹੜਾ ਹੈ ਉਹ ਮਿਲਟਸ ਨੂੰ ਜ਼ਰੂਰ ਦੇਣ ਕਿਉਂਕਿ ਮਿਲਟਸ ਜਿਹੜੇ ਹੈਗੇ ਉਹ ਹੁਣ ਮੋਟੇ ਅਨਾਜ ਜਾਂ ਗਰੀਬਾਂ ਦਾ ਅਨਾਜ ਨਹੀਂ ਰਹਿ ਗਿਆ ਹੈ ਇਹ ਸਾਡੇ ਨਿਊਟਰੀ ਸੀਰੀਅਲਸ ਹੈਗੇ ਜਿਨ੍ਹਾਂ ਵਿੱਚ ਬਹੁਤ ਹੀ achhi matra ch nutrients ਜਿਹੜੇ ਹਨ ਪਾਏ ਜਾਂਦੇ ਹਨ ਮੈਂ ਮੰਦੀ ਹਾਂ ਕਿ ਇਹਨਾਂ ਨੂੰ ਕੰਜ਼ੂਮ ਕਰਨਾ ਤੇ ਆਪਣੀ ਨਾਰਮਲ ਡਾਈਟ ਨੂੰ ਸ਼ਿਫਟ ਕਰਨਾ ਆਪਣੇ ਆਪ ਚ ਇੱਕ ਬਹੁਤ ਵੱਡਾ ਚੈਲੰਜ ਹੈ ਬਟ ਕਿਉਂ ਨਾ ਅਸੀਂ ਇਸ ਨਵੇਂ ਸਾਲ ਤੇ ਇਹ ਮੁਹਿੰਮ ਚਲਾਈਏ ਤੇ ਆਪਣੀ ਡਾਈਟਸ ਨੂੰ ਡਾਈਟ ਦਾ ਇੱਕ ਹਿੱਸਾ ਪਹਿਲੇ ਚੇਂਜ ਕਰਕੇ ਦੇਖੀਏ ਉਹਦੇ ਬਾਅਦ ਧੀਰੇ ਧੀਰੇ ਦੋ ਹਿੱਸੇ ਤੇ ਤਿੰਨ ਹਿੱਸੇ ਇਸ ਐਦਾਂ ਕਰਨ ਦੇ ਨਾਲ ਜਿਹੜੇ ਸਾਡੇ ਅੱਜਕੱਲ ਦੀ ਬਿਮਾਰੀਆਂ ਜਿਨ੍ਹਾਂ ਨੂੰ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਕਹਿੰਦੇ ਹਨ ਅਸੀਂ ਡਾਇਬੀਟੀਜ਼ ਹਾਈਪਰਟੈਨਸ਼ਨ ਤੇ ਲੋਕਾਂ ਨੂੰ ਜਿਹੜੀ ਮਲ ਨਿਊਟ੍ਰੀਸ਼ਨ ਐਨੀਮੀਆ ਤੇ ਰਿਲੇਟਿਡ ਜਿਹੜੀਆਂ ਪ੍ਰੋਬਲਮਸ ਹੋ ਰਹੀਆਂ ਹਨ ਉਹਨਾਂ ਕੋਲ ਨਿਜ਼ਾਤ ਪਾ ਸਕਦੇ ਨੇ ਪਰ ਇਹ ਹੈ ਕਿ ਇਹ ਬਦਲਾਵ ਜਿਹੜਾ ਹੈ ਇੱਕ ਦਿਨ ਚ ਨਹੀਂ ਹੋਣਾ ਹੈ ਸਾਨੂੰ ਆਪਣੇ ਆਹਾਰ ਦੇ ਤਰੀਕਾ ਨੂੰ ਸਾਡੇ ਆਪਣੇ ਲਾਈਫ ਸਟਾਈਲ ਨੂੰ ਸਾਨੂੰ ਚੇਂਜ ਕਰਨਾ ਪਏਗਾ ਸਾਨੂੰ ਜਿਹੜਾ ਅਸੀਂ ਖਾਣਾ ਖਾਂਦੇ ਹਨ ਉਹਨੂੰ ਇੱਕ ਪੋਸ਼ਟਿਕ ਪਲੇਟ ਜਿਹਦੇ ਵਿੱਚ ਕੀ ਸਾਡੇ ਮਿਲਟ ਜਵਾਰ ਬਾਜਰਾ ਕਟਕੀ ਸਾਮਕ ਤੇ ਕੋਡੋ ਮਿਲੇਟ ਪ੍ਰੋਸੋ ਮਿਲੇਟ ਇਹ ਸਾਰੇ ਮਿਲੇਟ ਜਿਹੜੇ ਹਨ ਉਹ ਸਾਡੇ ਡਾਈਟ ਦੀ ਪਲੇਟ ਵਿੱਚ ਆਉਣੇ ਚਾਹੀਦੇ ਹਨ ਪਹਿਲੇ ਜਿਹੜਾ ਕਨਸੈਪਟ ਸੀ ਉਹ ਰੈਂਬੋ ਡਾਈਟ ਦਾ ਸੀ ਕਿ ਸਾਡੀ ਰੈਂਬੋ ਡਾਈਟ ਹੋਣੀ ਚਾਹੀਦੀ ਉਸ ਰੈਂਬੋ ਵਿੱਚ ਅਸੀਂ ਜਿਹੜਾ ਹੈ ਇਹ ਸਾਡੀ ਜਿਹੜੀ ਨਿਊਟਰੀ ਸੀਰੀਅਲਸ ਹੈ ਉਹਨਾਂ ਨੂੰ ਐਡ ਕਰਨਾ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਇੱਕ ਨਾਗਰਿਕ ਦੇ ਹਿਸਾਬ ਦੇ ਨਾਲ ਬਣ ਗਈ ਹੈ ਤੇ ਮੈਂ ਸਾਰੀ ਜਨਤਾ ਨੂੰ ਅਪੀਲ ਕਰਦੀ ਹਾਂ ਕਿ ਆਪਣੀ ਡਾਈਟ ਦਾ ਇੱਕ ਹਿੱਸਾ ਜਿਹੜਾ ਹੈ ਉਹ ਮਿਲਟ ਨੂੰ ਦੇ ਕੇ ਦੇਖੋ ਇਹਦੇ ਨਾਲ ਨਾ ਹੀ ਤੁਹਾਡੀ ਸਿਹਤ ਦਾ ਵਿਕਾਸ ਹੋਏਗਾ ਬਲਕਿ ਦੇਸ਼ ਦਾ ਵੀ ਵਿਕਾਸ ਹੋਏਗਾ ਤੇ ਸਾਡੇ ਪਰਿਆਵਰਣ ਰਹਿਤ ਸਮੱਸਿਆयां ਜਿਹੜੀਆਂ ਹੈਗੀਆਂ ਪਰਾਲੀ ਨੂੰ ਲੈ ਕੇ ਜਾਂ ਪਾਣੀ ਨੂੰ ਲੈ ਕੇ ਉਹਨਾਂ ਕੋਲੋਂ ਵੀ ਨਿਸਾਤ ਮਿਲੇਗਾ ਸਾਰਿਆਂ ਨੂੰ ਸਸ਼ਟਿਕਾਲ ਤੇ 90 ਸਾਲ ਦੀ ਲੱਖ ਲੱਖ ਵਧਾਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਦ ਵੀ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਨੇ ਇਸ ਤੋਂ ਪਹਿਲਾਂ ਉਹ ਕਿਸਾਨ ਵਿੰਗ ਦੀ ਨਮਾਇੰਦਗੀ ਵੀ ਕਰਦੇ ਰਹੇ ਉਹਨਾਂ ਮੰਨਿਆ ਕਿ ਕਣਕ ਝੋਨੇ ਦੀ ਫਸਲੀ ਚੱਕਰ ਨੂੰ ਤੋੜਨ ਲਈ ਪੰਜਾਬ ਦੀ ਆਬੋ ਹਵਾ ਪਾਣੀ ਵਾਤਾਵਰਨ ਸਿਹਤ ਨੂੰ ਬਚਾਉਣ ਲਈ ਪੰਜਾਬ ਵਿੱਚ ਮੂਲ ਅਨਾਜਾਂ ਦੀ ਖੇਤੀ অতি ਜ਼ਰੂਰੀ ਹੈ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ਤਹਿਤ ਮੂਲ ਅਨਾਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਲਾਹੀਬੰਦ ਯੋਜਨਾਵਾਂ ਵੀ ਬਣਾ ਰਹੀ ਹੈ ਅੰਚੀ ਗੱਲ ਹੈ ਜੀ ਹਰਿਆਣਾ ਸਰਕਾਰ ਨੇ ਵੀ ਇੱਥੇ ਕੰਮ ਕੀਤਾ ਪੰਜਾਬ ਸਰਕਾਰ ਵੀ ਕਰੇਗੀ ਮਿਲਟਸ ਇੱਕ ਵੇ ਫਾਰਵਰਡ ਆ ਪੰਜਾਬ ਵਾਸਤੇ ਕਿਉਂਕਿ ਕਣਕ ਧੋਨੇ ਦੇ ਵੀਸ਼ੇ ਸਰਕਲ ਦੇ ਵਿੱਚੋਂ ਕੱਢਣ ਵਾਸਤੇ ਮਿਲਟਸ ਨੂੰ ਪ੍ਰੋਮੋਟ ਕਰਨਾ ਬਹੁਤ ਜ਼ਰੂਰੀ ਹੈ ਦੀ ਮਾਰਕੀਟਿੰਗ ਨੂੰ ਸੈੱਟ ਕਰਕੇ ਪ੍ਰੋਪਰ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਦੇ ਵਿੱਚ ਮਿਲਟਸ ਦੀ ਕਲਟੀਵੇਸ਼ਨ ਵਧਾਈਏ ਖੇਤੀਬਾੜੀ ਸਿਮਿਸ਼ਨ ਦੇ ਬਾਨੀ ਉਮੇਂਦਰ ਦੱਤ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਇਸ ਸਾਲ 2013 ਨੂੰ ਮੋٹے ਅਨਾਜ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੇ ਜਾਣ ਦੀ ਯਤਨਾ ਸਦਕਾ ਭੁੱਖ ਦੇ ਭੋਜਨ ਵਜੋਂ ਮਿਲਟ ਯਾਨੀ ਮੋٹے ਅਨਾਜ ਦੀ ਖੇਤੀ ਤੇ ਸਾਡੀ ਰਸੋਈ ਵਿੱਚ ਇਸ ਦੀ ਆਮਦ ਨਾਲ ਜਿੱਥੇ ਵੱਧ ਰਹੀਆਂ ਮਨੁੱਖੀ ਸਰੀਰਕ ਬਿਮਾਰੀਆਂ ਤੇ ਰੋਕ ਲੱਗੇਗੀ ਉੱਥੇ ਖੇਤੀ ਸਿਹਤ ਵਾਤਾਵਰਨ ਅਤੇ ਗਲੋਬਲ ਵਾਰਮਿੰਗ ਵਿੱਚ ਆਏ ਵਿਗਾੜ ਤੇ ਵੀ ਠੱਲ ਪਵੇਗੀ ਦੇਖੋ ਮਿਲਟਸ ਜਿਹੜੇ ਨੇ ਭਲਪ ਵਿਖਦਾ ਭੋਜਨ ਮਿਲਟਸ ਵਿੱਕ ਦੀ ਭੋਜਨ ਸੁਰੱਖਿਆ ਵਾਤਾਵਰਣ ਸੁਰੱਖਿਆ ਸਿਹਤ ਸੁਰੱਖਿਆ ਉਹ ਮਿਲਟਸ ਨੂੰ ਹੋਣੀ ਹੈ ਔਰ ਮਿਲਟਸ ਜਿਹੜੇ ਨੇ ਉਹ ਅਗਰ ਮੈਂ ਕਹਾਂ ਕਿ ਉਹ ਸੁਪਰ ਫੂਡ ਕਹੇ ਜਾਂਦੇ ਨੇ ਮਿਲਟਸ ਜਿਹੜਾ ਕਲਾਈਮੇਟ ਚੇਂਜ ਦਾ ਸਾਰਾ ਦੌਰ ਚੱਲ ਰਿਹਾ ਔਰ ਗਲੋਬਲ ਵਾਰਮਿੰਗ ਦਾ ਦੌਰ ਚੱਲ ਰਿਹਾ ਇਹਦੇ ਅੰਦਰ ਕੋਈ ਫਸਲ ਕੋਈ ਫੂਡ ਸਿਕਿਉਰਿਟੀ ਸਰਵਾਈਵ ਕਰੇਗੀ ਤਾਂ ਇਟ ਇਜ਼ ਓਨਲੀ ਵਿਦ ਦਾ ਮਿਲਟਸ ਔਰ ਕਿਸੇ ਤੇ ਕਰਨ ਨਹੀਂ ਹੋ ਸਕਦੀ ਸੋ ਇਹ ਸਾਰੇ ਮੁੱਦੇ ਦੇ ਵਿੱਚ ਮਿਲਟਸ ਜਿਹੜੇ ਨੇ ਵੱਡੇ ਪੱਧਰ ਤੇ ਬਤਾਨ ਦੀ ਲੋੜ ਹੈ पाब हरियाणा दो सूबू बधाया जा रहा है सरकार लगिया ने हरियाणा वाले थोड़े जै कगा कि अगे ने इस पूरे मुद्दे के उ लेकिन होर कई संस्थान कई होटल मैनेजमेंट इंस्टीट्यूट ये काम च लग गए ने और असी उम्मीद करते हाँ कि दो हज़ार तेई दे बहुत व्डे पैमाने मिलट की खेती होएगी मिलट की खपत होएगी मिलट रसोई तक पहुँचेगा और लोगों की सेहत सुधरेगी ਇੰਟਰਨੈਸ਼ਨਲ ਮਿਲਿਟਰੀ ਯਰ ਦੀ ਕੋਸ਼ਣਾ ਕਰਨ ਵਾਸਤੇ ਜਾਂ ਉਹਦੀ ਕਲਪਨਾ ਕਰਨ ਵਾਸਤੇ ਮੈਂ ਪ੍ਰਧਾਨ ਮੰਤਰੀ 인ਦਰ ਮੋਦੀ ਦਾ ਧੰਨਵਾਦ ਕਰਾਂਗਾ ਸਵਾਗਤ ਕਰਾਂਗਾ ਕਿ ਉਹਨਾਂ ਨੇ ਇਹ ਬੜਾ ਦੂਰਦ੍ਰਿਸ਼ਟੀ ਨਾਲ ਇੱਕ ਫੈਸਲਾ ਲਿੱਤਾ ਜਿਹਦਾ ਫਾਇਦਾ ਪੰਜਾਬ ਹਰਿਆਣਾ ਨੂੰ ਸਾਰੇ ਦੇਸ਼ ਨੂੰ ਸਾਰੀ ਦੁਨੀਆ ਨੂੰ ਹੋਏਗਾ ਪਰ ਪੰਜਾਬ ਬਣ ਜਿਵੇਂ ਪਾਣੀ ਮੁੱਕ ਰਿਹਾ ਜਿੱਥੇ ਜਿੱਥੇ ਪੂਰੀ ਖੇਤੀ ਦੀ ਲੜੀ ਚ ਖੁਰਾਕ ਦੀ ਲੜੀ ਚ ਜ਼ਹਿਰ ਆ ਚੁੱਕਾ ਹੈ ਉਹਦੇ ਲਈ ਇਹ ਬਹੁਤ ਫਾਇਦੇਮੰਦ ਚੀਜ਼ ਹੈ ਪੰਜਾਬ ਨੂੰ ਅਗਰ ਬਚਾਉਣਾ ਹੈ ਹਰਿਆਣਾ ਨੂੰ ਅਗਰ ਬਚਾਉਣਾ ਹੈ ਤਾਂ ਮਿਲਟਸ ਉਹਦੀ ਜੀਵਨ ਰੇਖਾ ਨੇ ਇੱਕ ਤਰ੍ਹਾਂ ਦੀ ਧੰਨਵਾਦ